का चाहो सिर तर तली गली मेरी आओ एक मार्ग पैर त्रीजा सिर दीजा कान ना कीजा एक सिख धर्म का असूड़िया इसे लाज नहीं दिता जाता कई बार साडे परिवार के मैंबर कुरबानी देंगे असी स्टेजा में आ करके कुरबानी दे सोहरे होने के साडे परिवार के इन्ने मैंबर शहीद हो गए कलगीधर साहिब ने कदे ये जताया सी उन्होंने अपना परिवार इस पद तो कुर्बान किया कलगीधर साहिब ने कदे आनंदपुर साहब की धरती से बदल किए पंथ बसे मैं उजड़ा मन चाऊक नेरा कलगीधर साहिब ने ते कदे परिवार वार के भी ये गल नहीं की उन्होंने दमदमा साहब की धरती से बदल किए सन इन पुत्र के शीश पर वार दिए सतचार चार हुए तो क्या भया जीवत लाख हजार कदे उन्होंने भी अपने अपने परिवार को परिवार पद तो प्रवान करके कदे सोने गाए सन नहीं ये साडे नाल शर्त की जाती है अमृत छकण तो पहला जेकर पंथ नूं लोड़ पवे शीश पंथ का समझना लोड़ पैण ते पंथ नूं हाजिर करना ये पंथ की अमानत समझनी है इसे फर्ज नूं प्यारे कोई विरला गुरु पछाणदा क्योंकि पावन गुरबाणी के वचन हन कोट मते को विरला सेवका ये करोड़ों के विचों किसी एक दे हिस्से विच आउंदा ਉਹ ਪੰਜਾਂ ਪਿਆਰਿਆਂ ਕੋਲੇ ਜਿਹੜਾ ਕੀਤਾ ਸੀ ਨਾ ਪਰਨ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਉਸ ਫਰਜ਼ ਨੂੰ ਪਛਾਣਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਸਾਨੂੰ ਪੜੋ ਕਰਕੇ ਅਰਦਾਸ ਕੀਤੀ ਅਰਦਾਸ ਦੇ ਉੱਪਰ ਭਰੋਸਾ ਰੱਖਿਆ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ ਨਿਸ਼ਚੈ ਕਰ ਆਪਣੀ ਜੀਤ ਕਰੋ ਜਿਸ ਪ੍ਰੇਮੀ ਦਾ ਨਿਸ਼ਚਾ ਕੀਤੀ ਅਰਦਾਸ ਗੁਰੂ ਦੇ ਉੱਪਰ ਹੁੰਦਾ ਤੇ ਉਹਨੂੰ ਕਦੇ ਵਾਸਤੇ ਪਿਆਰੋ ਹਾਰ ਦਾ ਮੂੰਹ ਨਹੀਂ ਵੇਖਣਾ ਪੈਂਦਾ ਉਹਦੀ ਜਿੱਤ ਹੁੰਦੀ ਆ ਪਿਛਲੇ ਸਮੇਂ ਦੇ ਵਿੱਚ ਜਿੱਤਾਂ ਹੋਈਆਂ ਵਰਤਮਾਨ ਸਮੇਂ ਦੇ ਵਿੱਚ ਵੀ ਜਿੱਤਾਂ ਹੋਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹਦਾ ਪੂਰਨ ਭਰੋਸਾ ਆਪਣੇ ਗੁਰੂ ਪਾਤਸ਼ਾਹ ਦੇ ਉੱਪਰ ਹੈ ਉਹਨੂੰ ਕਦੇ ਵਾਸਤੇ ਨਿਰਾਸ਼ਤਾ ਵਾਲਾ ਸਮਾਂ ਨਹੀਂ ਦੇਖਣਾ ਪਵੇਗਾ ਆਓ ਆਪਾਂ ਸਾਰੇ ਆਪਣੇ ਜਿਹੜੇ ਸਿੱਕਵੇ ਭਲਾ ਕਰਕੇ ਇੱਕ ਕੇਸਰੀ ਨਿਸ਼ਾਨ ਦੇ ਥੱਲੇ ਇਕੱਤਰ ਹੋ ਕਰਕੇ ਆਪਾਂ ਗੁਰੂ ਗ੍ਰੰਥ ਗੁਰੂ ਪੰਥ ਦੀ ਹਮਾਇਤ ਢੁੰਡ ਕੱਢ ਕੇ ਨਹੀਂ ਸ਼ਰੇ ਆਮ ਕਰੀਏ ਇਹਨਾਂ ਪ੍ਰੇਮੀਆਂ ਨੇ ਮੇਰੇ ਬਾਰੇ ਬੋਲਿਆ ਜੀ ਕਿ ਦਮਦਮੀ ਟਕਸਾਲ ਦਾ ਮੁਖੀ ਕਹਿ ਮੈਂ ਦਮਦਮੀ ਟਕਸਾਲ ਦਾ ਮੁਖੀ ਨਹੀਂ ਦਾਸ ਦਮਦਮੀ ਟਕਸਾਲ ਦਾ ਵਿਦਿਆਰਥੀ ਆ ਦਮਦਮੀ ਟਕਸਾਲ ਦਾ ਮੁਖੀ ਸੰਤ ਜਰਨੈਲ ਸਿੰਘ ਅਸੀਂ ਅਜੇ ਤੱਕ ਵੀ ਉਹਨਾਂ ਨੂੰ ਮੰਨਦੇ ਹਾਂ ਮੈਂ ਰਾਜ ਦਮਦਮੀ ਟਕਸਾਲ ਦਾ ਵਿਦਿਆਰਥੀ ਹਾਂ ਦਮਦਮੀ ਟਕਸਾਲ ਦੇ ਮੁਖੀ ਦਾ ਰਵੱਈਆ ਤੁਸੀਂ ਸੰਤ ਜਰਨੈਲ ਸਿੰਘ ਨੂੰ ਬੋਲਦਿਆਂ ਵੇਖਿਆ ਮੇਰਾ ਵੀ ਜੀ ਕਰਦਾ ਕਿ ਮੈਨੂੰ ਦਮਦਮੀ ਟਕਸਾਲ ਦਾ ਮੁਖੀ ਲੋਕ ਕਹਿਣ ਪਰ ਦਮਦਮੀ ਟਕਸਾਲ ਦਾ ਮੁਖੀ ਹੁੰਦਾ ਜਿਹਦੀਆਂ ਲੱਤਾਂ ਲੋਹੇ ਦੀਆਂ ਹੁਣ ਫਲਾ ਸਕਦੀਆਂ ਨਹੀਂ ਦਿਲ ਸਦੀਲ ਵਰਗਾ ਹੋਏ ਉਹ ਦਮਦਮੀ ਟਕਸਾਲ ਦਾ ਮੁਖੀ ਹੁੰਦਾ ਮੇਰੇ ਵਰਗਾ ਨਹੀਂ ਮੁਖੀ ਅਖਵਾ ਲੈਣਾ ਇੱਕ ਛੋਟੀ ਜੀ ਗੱਲ ਆ ਪਰ ਮੁਖੀਆਂ ਵਾਲੇ ਕੰਮ ਕਰਨੇ ਇਹ ਬੜੀ ਵੱਡੀ ਗੱਲ ਹੁੰਦੀ ਆ ਦਾਸ ਦਮਦਮੀ ਟਕਸਾਲ ਦਾ ਵਿਦਿਆਰਥੀ ਹੈ ਵਿਦਿਆਰਥੀ ਬਣ ਕੇ ਰਹਾਂਗੇ ਪਰ ਜੋ ਕਾਰਨਾਮੇ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਨੇ ਕੀਤੇ ਉਹ ਕਿਸੇ ਕੋਲੋਂ ਲੁਕੇ ਛਿਪੇ ਨਹੀਂ ਉਹਨਾਂ ਨੇ ਪ੍ਰਗਟ ਕੀਤਾ ਜੋ ਕੀਤਾ ਪ੍ਰਤੱਖ ਕੀਤਾ ਲੋਕਾਂ ਨੂੰ ਕਰਕੇ ਵਿਖਾਇਆ ਆਓ ਆਪਾਂ ਆਪੋ ਆਪਣਾ ਫਰਜ਼ ਸੰਭਾਲਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਵਿੱਚ ਚਰਨਾਂ ਦੇ ਸਾਹਮਣੇ ਸਾਨੂੰ ਖਲੋ ਕਰਕੇ ਜਿਹੜਾ ਫਰਜ਼ ਕੀਤਾ ਨਾ ਕਿ ਜਾਓ ਤਾਂ ਪ੍ਰੇਮ ਖੇਲਣ ਕਰ ਜਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਸ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਨ ਨਾ ਕੀਜਾ ਉਸ ਫਰਜ਼ ਨੂੰ ਪਛਾਣਦੇ ਹੋਏ ਜਦੋਂ ਵੀ ਕਿਤੇ ਇਹੋ ਜਿਹਾ ਕਾਰਜ ਹੁੰਦਾ ਆਪਾਂ ਆਵਾਜ਼ ਨਾ ਡੀਕਿਆ ਕਰੀਏ ਕਿ ਸਾਨੂੰ ਕੋਈ ਆਵਾਜ਼ ਮਾਰੇਗਾ ਆਪਣੇ ਫਰਜ਼ ਨੂੰ ਪਛਾਣਦੇ ਹੋਏ
ਜਦੋਂ ਵੀ ਕਿਤੇ ਪੰਥ ਦੇ ਉੱਪਰ ਇਹੋ ਜਿਹਾ ਸਮਾਂ ਆਵੇ ਆਪਣੇ ਗਿਲੇ ਸ਼ਿਕਵੇ ਭੁਲਾ ਕਰਕੇ ਆਪਾਂ ਪੰਥ ਦੀ ਹਮਾਇਤ ਮਨ ਬਾਣੀ ਤੇ ਸਰੀਰ ਕਰਕੇ ਕਰਨੀ ਆ। ਦਾਸ ਕੋਈ ਪੜ੍ਹਿਆ ਲਿਖਿਆ ਵਿਦਵਾਨ ਨਹੀਂ, ਗੁਰਮੁਖ ਦੀ ਵਿਚਾਰ ਕਰ ਰਿਹਾ, ਕੋਈ ਭੁੱਲ ਚੁੱਕ ਦੀ ਸੇਵਾ ਦੇ ਵਾਸਤੇ ਸਮਰਥਵਚ ਨਹੀਂ। ਸਾਰੀ ਸੰਤ ਗੱਜ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।